ਕੀ ਤੁਸੀਂ ਜਾਣਦੇ ਹੋ ਸੰਸਾਰ ਦਾ ਸਭ ਤੋਂ ਲੰਮਾ ਬੱਸ ਰੂਟ ਕਲਕੱਤਾ ਤੋਂ ਲੰਡਨ ਸੀ। ਇਸ ਰੂਟ ਉੱਪਰ ਬੱਸ 15 ਅਪ੍ਰੈਲ 1957 ਨੂੰ ਸ਼ੁਰੂ ਕੀਤੀ ਗਈ ਸੀ। ਇਹ ਬੱਸ ਕਲਕੱਤੇ ਤੋਂ ਚੱਲ ਕੇ ਦਿੱਲੀ, ਅੰਮ੍ਰਿਤਸਰ, ਵਾਹਗਾ ਬਾਰਡਰ, ਲਾਹੌਰ, ਕਾਬੁਲ ਹੈਰਾਤ, ਤਹਿਰਾਨ, ਇਸਤਾਬੁਲ ਯਾਨੀ ਕਿ ਤੁਰਕੀ, ਜਰਮਨੀ, ਆਸਟਰੀਆ, ਫਰਾਂਸ ਹੁੰਦੀ ਹੋਈ ਲਗਭਗ 7900 ਕਿਲੋਮੀਟਰ ਤੈਅ ਕਰਕੇ ਲੰਡਨ ਪਹੁੰਚਦੀ ਸੀ। ਵਿਕਟੋਰੀਆ ਕੋਚ ਸਟੇਸ਼ਨ ਲੰਡਨ ਦੀਆਂ ਕੁਝ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ, ਜਿਨ੍ਹਾਂ ਵਿੱਚ ਯਾਤਰੀ ਕੋਲਕਾਤਾ ਵਾਲੀ ਬੱਸ ਵਿੱਚ ਸਵਾਰ ਹੁੰਦੇ ਵਿਖਾਈ ਦੇ ਰਹੇ ਹਨ। ਇਸ ਕਿਰਾਏ ਦੇ ਵਿੱਚ ਰਸਤੇ ਦੇ ਵਿੱਚ ਰਹਿਣ ਸਹਿਣ ਅਤੇ ਖਾਣ ਪੀਣ ਦਾ ਸਾਰਾ ਖਰਚਾ ਸ਼ਾਮਲ ਸੀ। ਰਸਤੇ ਵਿੱਚ ਪੈਣ ਵਾਲੇ ਵੱਡੇ ਸ਼ਹਿਰਾਂ ਦਿੱਲੀ, ਤਹਿਰਾਨ, ਕਾਬੁਲ, ਇਸਤਾਬੁਲ, ਵਿਯੇਨਾ ਆਦਿ ਵਿੱਚ ਖਰੀਦਦਾਰੀ ਦੀ ਸਹੂਲਤ ਵੀ ਸੀ। ਇਹ ਯਾਤਰਾ 48 ਦਿਨਾਂ ਦੇ ਵਿੱਚ ਪੂਰੀ ਹੁੰਦੀ ਸੀ। ਰਸਤੇ ਦੇ ਵਿੱਚ ਮਨੋਰੰਜਨ ਸਮੇਤ ਸਾਰੀਆਂ ਸਹੂਲਤਾਂ ਮਿਲਦੀਆਂ ਸਨ। ਇਹਨਾਂ ਵਿੱਚ ਰੇਡੀਓ, ਫੈਨ, ਹੀਟਰ ਅਤੇ ਸੌਣ ਲਈ ਵੱਖਰੇ ਕਮਰੇ ਵੀ ਸ਼ਾਮਲ ਸਨ। ਇਹ ਬੱਸ 1973 ਤੱਕ ਚੱਲਦੀ ਰਹੀ। 1957 ਵਿੱਚ ਚੱਲਣ ਵੇਲੇ ਇਸਦਾ ਕਿਰਾਇਆ 85 ਪੌਂਡ ਸੀ। 1973 ਵਿੱਚ ਬੰਦ ਹੋਣ ਵੇਲੇ ਇਹ ਵੱਧ ਕੇ 145 ਪੌਂਡ ਹੋ ਗਿਆ। ਆਓ ਅਸੀਂ ਵੀ ਇਸ ਬੱਸ ਦਾ ਤਸਵੀਰਾਂ ਰਾਹੀਂ ਆਨੰਦ ਮਾਣਦੇ ਹਾਂ।